YouTube ਚੈਨਲ Less Tweet ਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੀ ਕਲਾਸ ਚੱਲ ਰਹੀ थी ਟ్రਾਇਲ ਐਂਡ ਥਿਊਰੀ ਤੇ ਜਿਹੜੀ ਕਿ ਲਰਨਿੰਗ ਥਿਊਰੀ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਜੀ ਇਲ ਥਾਨਡਿਕ ਦੁਆਰਾ ਦਿੱਤੀ ਗਈ ਹੈ ਉਸ ਨੂੰ ਆਪਾਂ ਕੰਟੀਨਿਊ ਕਰਦੇ ਹੋਏ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ ਜੀ ਕੱਲ ਆਪਾਂ ਜਿਹੜਾ ਪੜਿਆ ਸੀ ਉਸ ਨੂੰ ਥੋੜਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ ਕੱਲ ਆਪਾਂ ਨੇ ਕੀ ਕੁਝ ਪੜਿਆ ਉਸ ਦਾ ਪੜਨ ਤੋਂ ਬਾਅਦ ਹੀ ਆਪਾਂ ਅੱਗੇ ਸਟਾਰਟ ਕਰਾਂਗੇ ਜੀ ਇਹ ਜਿਹੜੀ ਲਰਨਿੰਗ ਥਿਉਰੀ ਹੈ ਇਲਥੈਂਡੈਗ ਦੁਆਰਾ ਟਾਈਲ ਐਂਡ ਐਰ ਥਿਉਰੀ ਬਹੁਤ ਹੀ ਇੰਪੋਰਟੈਂਟ ਹੈ ਜੀ ਜਿਸ ਨੂੰ ਪੰਜਾਬੀ ਵਿੱਚ ਯਤਨ ਅਤੇ ਪੁਰਦਾ ਸਿਧਾਂਤ ਕਿਹਾ ਜਾਂਦਾ ਹੈ ਯਤਨ ਅਤੇ ਪੁਰਦੇ ਸਿਧਾਂਤ ਕੀ ਸੂਚਿਤ ਕੀਤਾ ਗਿਆ ਜੀ ਬਿੱਲੀ ਤੇ ਪ੍ਰਯੋਗ ਕੀਤਾ ਗਿਆ ਉਸਨੇ ਇੱਕ ਬਿੱਲੀ ਨੂੰ ਜਿਹੜਾ ਕਿ ਆਪਾਂ ਕੱਲ ਪੜਿਆ ਸੀ ਇਸ ਤਰੀਕੇ ਦਾ ਪਜਲ ਬਾਕਸ ਬਣਾਇਆ ਹੋਇਆ ਹੈ ਇਹ ਵੇਖੋ ਜੀ ਇਹ ਪਜਲ ਬਾਕਸ ਸੀ ਉਹਦੇ ਵਿੱਚ ਉਸਨੇ ਬਿੱਲੀ ਨੂੰ ਬੰਦ ਕਰ ਦਿੱਤਾ ਬੰਦ ਕਰਨ ਤੋਂ ਬਾਅਦ ਉਸਨੇ ਬਿੱਲੀ ਨੂੰ ਬਾਹਰ ਕੁਝ ਟੁਕੜੇ ਰੱਖ ਦਿੱਤੇ ਜੀ ਜਿਹੜੇ ਕਿ ਮਾਸ ਦੇ ਮੱਛੀ ਦੇ ਟੁਕੜੇ ਸਨ ਉਸ ਨੂੰ ਬਿੱਲੀ ਨੂੰ ਬਾਹਰ ਆ ਕੇ ਉਹ ਭੋਜਨ ਖਾਣਾ ਸੀ ਤੇ ਉਸਨੇ ਹਰ ਪ੍ਰਕਾਰ ਦੀ ਆਪਣੀ ਰਿਕਾਟਾ ਹੈ ਉਹਨਾਂ ਨੂੰ ਪਾਰ ਕਰਨਾ ਸੀ ਤੇ ਉਹ ਪੋਜਨ ਸੀ ਉਸਦੇ ਲਈ ਇੱਕ ਰਿਵਾਰਡ ਸੀ ਜੀ ਉਸਦੇ ਲਈ ਉਸਨੂੰ ਮੋਟੀਵੇਸ਼ਨ ਕੀਤਾ ਗਿਆ ਕਿ ਉਹ ਜਿਹੜਾ ਪੋਜਨ ਹੈ ਉਹ ਤਾਂ ਹੀ ਖਾ ਸਕਦੀ ਹੈ ਜੇਕਰ ਉਹ ਇਸ ਲਿਵਰ ਨੂੰ ਦਬਦੀ ਹੈ ਤਾਂ ਕੱਲ ਦੀ ਆਪਾਂ ਥਿਊਰੀ ਹੈ ਉਹ ਮੋਸਟ ਇੰਪੋਰਟੈਂਟ ਸੀ ਜੀ ਯਤਨ ਅਤੇ ਪੁੱਲਦਾ ਸਿਧਾਂਤ ਇਹ ਕਹਿੰਦਾ ਹੈ ਜੇਕਰ ਕੋਈ ਵਿਅਕਤੀ ਵਾਰ-ਵਾਰ ਕੋਸ਼ਿਸ਼ ਕਰਦਾ ਹੈ ਉਹਨਾਂ ਵਿੱਚ ਗਲਤੀਆਂ ਕਰਦਾ ਹੈ ਤਾਂ ਆਖਿਰ ਵਿੱਚ ਉਹ ਸਫਲਤਾ ਨੂੰ ਪਾ ਲੈਂਦਾ ਹੈ ਜੀ ਕਿਉਂਕਿ ਇਸ ਦੇ ਵਾਰ-ਵਾਰ ਕਿਸੇ ਚੀਜ਼ ਨੂੰ ਕਰਨ ਦੇ ਨਾਲ ਤੁਹਾਡੇ ਸਿੱਖਣ ਦੇ ਵਿੱਚ ਕੁਸ਼ਲਤਾ आएगी ਜੀ ਤੁਹਾਡੀ ਆਦਤਾਂ ਦਾ ਨਿਰਮਾਣ ਹੋਏਗਾ ਤੁਸੀਂ ਜਿਹੜਾ ਕੰਮ ਹੈ ਜੀ ਜਿਸ ਕੰਮ ਨੂੰ ਸਿੱਖ ਰਹੇ ਹੋ ਜਿਹੜੀ ਰਿਕਾਟ ਆ ਰਹੀਆਂ ਉਹਨਾਂ ਨੂੰ ਪਾਰ ਕਰਨ ਤੋਂ ਬਾਅਦ ਹੀ ਜਿਹੜੀ ਤੁਸੀਂ ਗਲਤ ਅਨੁਕ੍ਰਿਆਵਾਂ ਕੀਤੀਆਂ ਉਹਨਾਂ ਨੂੰ ਦੂਰ ਕਰ ਸਕਦੇ ਹੋ ਜੀ ਇਹ ਇੱਕ ਬਿੱਲੀ ਸੀ ਜੀ ਭੁੱਕੀ ਬਿੱਲੀ ਸੀ ਕੁਐਸਚਨ ਆਇਆ ਹੋਇਆ ਜੀ ਕਿ ਕਿਸ ਬਿੱਲੀ ਭੁੱਕੀ ਸੀ ਜਾਂ ਨਹੀਂ ਸੀ ਹਾਂ ਜੀ ਭੁੱਕੀ ਬਿੱਲੀ ਸੀ ਜੇਕਰ ਭੁੱਕੀ ਬਿੱਲੀ ਹੋਵੇਗੀ ਹੀ ਤਾਂ ਹੀ ਉਸ ਨੂੰ ਕੰਮ ਕਰਨ ਦੀ ਲਾਲਸਾ ਹੋਵੇਗੀ ਕਿਉਂਕਿ ਜੀ ਕੱਲ ਆਪਾਂ ਨੇ ਪੜਿਆ ਵੀ ਹੈ ਇਥੌਂਡਾਇਕ ਦੇ ਸਿੱਖਣ ਦੇ ਤਿੰਨ ਮੁੱਖ ਨਿਯਮ ਸੰਜੀ law of readiness law of exercise and law of effect law of readiness 타 ਹੀ ਹੋਏਗਾ ਜੇਕਰ ਭੁੱਕੀ ਬਿੱਲੀ ਹੋਏਗੀ law of readiness ਤਤਪਰਤਾ ਦਾ ਨਿਯਮ ਇਹ ਕਹਿੰਦਾ ਹੈ ਕਿ ਕੋਈ ਵਿਅਕਤੀ ਤਾਂ ਹੀ ਸਿੱਖ ਸਕਦਾ ਹੈ ਜੇਕਰ ਉਹ ਸਿੱਖਣ ਦੇ ਲਈ ਤਿਆਰ ਹੋਵੇ ਇਸ ਤੋਂ ਇਲਾਵਾ ਦੂਜਾ law ਆਪਾਂ ਪੜਿਆ ਸੀ ਜੀ ਅਭਿਆਸ ਦਾ ਨਿਯਮ ਜਾਂ ਪ੍ਰਯੋਗ ਦਾ ਨਿਯਮ ਉਸ ਉਸ ਨੂੰ ਹੀ ਤੁਸੀਂ ਅੱਗੇ ਕੀ ਕਿਹਾ ਸੀ ਜੀ ਲਾਅ ਆਫ ਐਕਸਰਸਾਈਜ਼ ਲਾਅ ਆਫ ਐਕਸਰਸਾਈਜ਼ ਦੇ ਵਿੱਚ ਸੀ ਜੇਕਰ ਤੁਸੀਂ ਕੋਈ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਜੇਕਰ ਆਪਣੇ ਗੋਲ ਤੱਕ ਪਹੁੰਚ ਜਾਂਦੇ ਹੋ ਤਾਂ ਉਸ ਨੂੰ ਤੁਸੀਂ ਪ੍ਰਯੋਗ ਵਿੱਚ ਲਾਓਗੇ ਨਹੀਂ ਤਾਂ ਉਸ ਨੂੰ ਪ੍ਰਯੋਗ ਵਿੱਚ ਨਹੀਂ ਲੈ ਕੇ ਆਓਗੇ ਇਸ ਤੋਂ ਬਾਅਦ ਜਿਹੜਾ ਲਾਸਟ ਸੀ ਜੀ ਪ੍ਰਭਾਵਦਾਨੀਆ ਲਾਅ ਆਫ ਇਫੈਕਟ ਹਰ ਚੀਜ਼ ਜਿਹੜੀ ਤੁਸੀਂ ਬਾਰ-ਬਾਰ ਕਰਦੇ ਹੋ ਉਹ ਤੁਹਾਡੇ ਦਿਮਾਗ ਉੱਤੇ ਇੱਕ ਛਾਪ ਛੱਡ ਜਾਂਦੀ ਹੈ ਜੀ ਉਸ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਬਾਰ-ਬਾਰ ਕਰਨ ਦੀ ਥਾਂ ਜਿਹੜੀਆਂ ਗਲਤੀਆਂ ਪਹਿਲਾਂ ਪਹਿਲੇ ਕਰ ਰਹੇ ਸੀ ਜੀ ਉਹ ਗਲਤੀਆਂ ਦੇ ਵਿੱਚ ਤੁਹਾਡੀ ਗਿਣਤੀ ਹੈ ਉਹ ਕੱਟ ਹੋ ਜਾਏਗੀ ਅੱਜ ਦਾ ਜਿਹੜਾ ਟੌਪਿਕ ਹੈ ਜੀ ਯਤਨ ਅਤੇ ਪੁਲਸੀਦਾਨ ਦੀਆਂ ਲੋੜਾਂ ਜਿਹੜਾ ਕਿ ਆਪਾਂ ਕੁਝ ਕੱਲ ਪੜ੍ਹ ਵੀ ਚੁੱਕੇ ਹਾਂ ਜੀ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਜੀ ਯਤਨ ਅਤੇ ਪੁਲਸੀਦਾਨ ਦੇ ਵਿੱਚ ਇਲ ਥਾਂਡਰ ਨੇ ਕਿਹਾ ਤੁਹਾਨੂੰ ਪ੍ਰੇਰਣਾ ਹੋਣੀ ਚਾਹੀਦੀ ਹੈ ਜੀ ਕਿਸੇ ਕੰਮ ਨੂੰ ਤੁਸੀਂ ਮੋਟੀਵੇਸ਼ਨ ਹੋਣੀ ਚਾਹੀਦੀ ਹੋ ਤੁਹਾਨੂੰ ਰੁਕਾਵਟਾਂ ਆਣਗੀਆਂ ਗਲਤੀਆਂ ਜਿਹੜੀਆਂ ਹੋਣਗੀਆਂ ਉਹਨਾਂ ਕਾਰੀਆਂ ਨੂੰ ਤੁਸੀਂ ਦੂਰ ਕਰੋਗੇ ਐਲੀਮੀਨੇਸ਼ਨ ਕਰਨਾ ਹੋਵੇਗਾ ਜੀ ਜਿਹੜੇ ਤੁਸੀਂ ਰੋਂਗ ਰਿਸਪੌਂਸ ਦਿੱਤੇ ਹੈ ਉਹਨਾਂ ਨੂੰ ਤੁਸੀਂ ਦੂਰ ਕਰਨਾ ਹੈ ਜੀ ਟੀਚੇ ਦੀ ਪ੍ਰਾਪਤੀ ਕਰਨੀ ਹੈ ਅਚਨਚੇ ਸਫਲਤਾ ਬਾਈਚਾਨ ਸਫਲਤਾ ਵੀ ਮਿਲਦੀ ਹੈ ਜੀ ਕਈ ਵਾਰ ਇਹ ਪੜਾਂਗੇ ਬਾਈ ਚਾਂਸ ਪਲਟਾ ਕਿਵੇਂ ਹੈ ਸਹੀ ਅਨੁਕਿਰਿਆ ਦੀ ਸਥਾਪਨਾ ਵੀ ਹੁੰਦੀ ਹੈ ਤੇ ਇਹ ਸਾਰੀ ਗੱਲਾਂ ਆਪਾਂ ਕੱਲ ਥੋੜੀ ਥੋੜੀ ਪੜੀਆਂ ਉਸੇ ਨੂੰ ਹੀ ਇਸ ਨੂੰ ਜੋੜਦੇ ਹਾਂ ਜੀ ਕਿਉਂਕਿ ਇਹ ਵੀ ਇਸ ਨੂੰ ਇੱਕ ਹੋਰ ਜੀ ਇਸ ਨੂੰ ਐਸ ਆਰ ਥਿਊਰੀ ਵੀ ਕਿਹਾ ਜਾਂਦਾ ਐਸ ਆਰ ਥਿਉਰੀ ਵੀ ਕਿਹਾ ਜਾਂਦਾ ਹੈ ਸਟਿਮੂਲਸ ਰਿਸਪਾਂਸ ਜੇਕਰ ਸਟਿਮੂਲਸ ਸਟਿਮੂਲਸ ਮੈਂ ਤੁਹਾਨੂੰ ਕੱਲ ਦੱਸਿਆ ਸੀ ਉਦੀਪਕ ਕੀ ਹੋਏਗਾ ਜੀ ਉਦੀਪਕ ਤੁਹਾਡਾ ਉਹ ਮੱਛੀ ਦੇ ਜਿਹੜੇ ਟੁਕੜੇ ਹਨ ਉਹ ਹਾਂਜੀ ਰਿਸਪਾਂਸ ਰਿਸਪਾਂਸ ਕੌਣ ਕਰੇਗਾ ਜੀ ਰਿਸਪਾਂਸ ਉਹ ਬਿੱਲੀ ਕਰੇਗੀ ਜੀ ਉਹ ਮੱਛੀ ਦੇ ਜਿਹੜੇ ਟੁਕੜੇ ਹੈ ਉਸ ਨੂੰ ਦਿਖਾਈ ਦੇਣਗੇ ਤਾਂ ਉਸ ਨੂੰ ਭੁੱਖ ਲੱਗੀ ਹੋਗੀ ਤਾਂ ਉਹ ਉਸ ਨੂੰ ਖਾ ਕੇ ਆਪਣੀ ਭੁੱਖ ਨੂੰ ਮਿਟਾ ਸਕਦੀ ਹੈ ਦੀ ਤਾਂ ਸਭ ਦੇ ਸਭ ਤੋਂ ਪਹਿਲਾਂ ਜੀ ਇੱਕ ਗੱਲ ਇੱਥੇ ਕਹੀ ਹੋਈ ਹੈ ਕਿ ਉਸ ਨੂੰ ਪ੍ਰੇਰਣਾ ਪ੍ਰੇਰਣਾ ਜ਼ਰੂਰ ਹੋਣੀ ਚਾਹੀਦੀ ਹੈ ਜੀ ਕੱਲ ਆਪਾਂ ਥੋੜਾ ਜਿਹਾ ਪੜਿਆ ਸੀ ਇਹ ਵੇਖੋ ਜੀ ਡਿਸਕ੍ਰਾਈਬ ਐਨ ਆਰਗਨਾਈਜ਼ ਅਟੈਂਪਟ ਟੂ ਲਰਨ ਸੋਲਵ ਅ ਪ੍ਰੋਬਲਮ ਬਾਈ ਟ੍ਰਾਈਂਗ ਅਲਟਰਨੇਟਿਵ ਪੋਸਿਬਿਲਿਟੀ ਅੰਟਿਲ ਅ ਕਰੈਕਟ ਸੋਲੂਸ਼ਨ অর ਡਿਜ਼ਾਇਰੇਬਲ ਆਊਟਕਮ ਇਜ਼ ਅਚੀਵਡ ਜੇਕਰ ਤੁਸੀਂ ਉਦੋਂ ਤੱਕ ਤੁਸੀਂ ਟ੍ਰਾਈ ਕਰਦੇ ਰਹੇ ਰਹਿਣਾ ਹੈ ਜੀ ਜਦੋਂ ਤੱਕ ਤੁਹਾਨੂੰ ਕੀ ਸਫਲਤਾ ਨਾ ਮਿਲ ਜੇ ਅਲਟਰਨੇਟਿਵ ਵੇ ਅਲਗ-ਅਲਗ ਤਰੀਕਿਆਂ ਦੇ ਨਾਲ ਜਿਵੇਂ ਪਹਿਲਾਂ ਬਿੱਲੀ ਸੀ ਜੀ ਉਸਨੇ ਉਸ ਜਾਲੀ ਨੁਮਾ ਜਿਹੜਾ ਗੇਟ ਸੀ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪੰਜਿਆਂ ਨਾਲ ਜਿਹੜਾ ਵੀ ਉਸ ਨੂੰ ਹੋ ਸਕਦਾ ਸੀ ਲੇਟ ਕੇ ਹੱਤbaar ਉਹਨੇ ਪੰਜੇ ਮਾਰ ਕੇ ਪਹੁੰਚਣ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੀ ਜੀ ਤਾਂ ਸਟਾਰਟ ਕਰਦੇ ਹਾਂ ਜੀ ਪ੍ਰੇਰਣਾ ਪ੍ਰੇਰਣਾ ਕੀ ਹੈ ਜੀ ਮੋਟਿਵ ਮੋਟੀਵੇਸ਼ਨ ਹੋਣਾ ਜ਼ਰੂਰੀ ਹੈ ਜੀ ਸਿੱਖਣ ਦੀ ਪ੍ਰਕਿਰਿਆ ਵਿੱਚ ਪ੍ਰੇਰਣਾ ਵਿਸ਼ੇਸ਼ ਮਹੱਤਵ ਰੱਖਦੀ ਹੈ ਪ੍ਰੇਰਣਾ ਤੋਂ ਬਿਨਾ ਕੋਈ ਵੀ ਸਿੱਖਣਾ ਸੰਭਵ ਨਹੀਂ ਹੈ ਜਦ ਤੱਕ ਵਿਅਕਤੀ ਨੂੰ ਕਿਸੇ ਕੰਮ ਕਰਨ ਦੀ ਇੱਛਾ ਹੀ ਨਹੀਂ ਹੋਏਗੀ ਲੋੜ ਹੀ ਨਹੀਂ ਹੋਏਗੀ ਜੀ ਜੇਕਰ ਕਿਸੇ ਕੰਮ ਨੂੰ ਉਹ ਕਰਕੇ ਰਾਜ਼ੀ ਨਹੀਂ ਹੋਵੇਗਾ ਜੇਕਰ ਉਸ ਨੂੰ ਰਿਵਾਰਡ ਨਹੀਂ ਮਿਲੇਗਾ ਤਾਂ ਉਹ ਕਦੇ ਵੀ ਸਿੱਖਣ ਦੇ ਲਈ ਯਤਨ ਨਹੀਂ ਕਰੇਗਾ ਜਿਵੇਂ ਬਿੱਲੀ ਦਾ ਪ੍ਰਯੋਗ ਹੈ ਜੀ ਉਹਦਾ ਟੀਚਾ ਕੀ ਸੀ ਉਹ ਮੱਛੀ ਦੇ ਜਿਹੜੇ ਟੁਕੜੇ ਸੀ ਉਸ ਨੂੰ ਪ੍ਰਾਪਤ ਕਰਨਾ ਸੀ ਉਸ ਦੀ ਸਮੱਸਿਆ ਇਹ ਸੀ ਕਿ ਉਹ ਬਾਹਰ ਕਿਸ ਤਰੀਕੇ ਦੇ ਨਾਲ ਨਿਕਲੇ ਇਸ ਦੇ ਲਈ ਉਸ ਨੂੰ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਸੀ ਪ੍ਰੇਰਿਤ ਕਰਨ ਦੇ ਲਈ ਇੱਕ ਸਟੀਮੂਲਸ ਦਾ ਹੋਣਾ ਉਹ ਦੀਪਕ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਦੀਪਕ ਕੀ ਸੀ ਉਹ ਜਿਹੜਾ ਬਾਹਰ ਰੱਖਿਆ ਹੋਇਆ ਕਟੋਰਾ ਜਿਹਦੇ ਵਿੱਚ ਮੱਛੀ ਦੇ ਟੁਕੜੇ ਸਨ ਤਾਂ ਪ੍ਰੇਰਣਾ ਇਸ ਮੋਸਟ ਇੰਪੋਰਟੈਂਟ ਰੋਲ ਅਦਾ ਕਰਦਾ ਜੀ ਇਸ ਦੇ ਵਿੱਚ ਪ੍ਰੇਰਣਾ ਦੂਜੇ ਜੀ ਰੁਕਾਵਟਾਂ ਰੁਕਾਵਟਾਂ ਜ਼ਰੂਰੀ ਹੈ ਜੇਕਰ ਰੁਕਾਵਟਾਂ ਟੀਚੇ ਪ੍ਰਾਪਰ ਦੀ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤਾਂ ਤੁਸੀਂ ਫਿਰ ਸੁਭਾਵਿਕ ਹੈ ਜੀ ਉਸ ਨੂੰ ਕਰਨ ਦੇ ਵਿੱਚ ਤੁਹਾਨੂੰ ਕੋਈ ਇੰਟਰਸਟ ਨਹੀਂ ਹੋਵੇਗਾ ਤੁਸੀਂ ਯਤਨ ਅਤੇ ਤਰੂਟੀ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਫੋਲੋ ਹੀ ਨਹੀਂ ਕਰ ਰਹੇ ਕਿਉਂਕਿ ਯਤਨ ਅਤੇ ਪੁੱਲ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਤੁਸੀਂ ਗਲਤੀਆਂ ਕਰਕੇ ਹੀ ਸਿੱਖਦੇ ਹੋ ਜੀ ਇਸ ਤੋਂ ਬਾਅਦ ਅੱਗੇ ਹੈ ਜੀ ਗਲਤ ਉਨੁਕ੍ਰਿਆਵ ਨੂੰ ਦੂਰ ਕਰਨਾ ਤੁਸੀਂ ਜੋ ਵੀ ਤੁਹਾਡੀ ਜਿਹੜੀ ਪਹਿਲਾਂ ਗਲਤੀਆਂ ਕੀਤੀ ਹੈ ਜੀ ਕਿਉਂਕਿ ਆਪਾਂ ਬਿੱਲੀ ਦਾ ਜਿਹੜਾ ਲਰਨਿੰਗ ਥਿਉਰੀ ਹੈ ਜੀ ਜਿਹੜੀ ਟ੍ਰਾਈ ਲੈਂਡ ਐਰਥਿਉਰੀ ਥਿਉਰੀ ਹੈ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਬਿੱਲੀ ਸ਼ੁਰੂ ਦੇ ਵਿੱਚ ਜਿਹਨੇ ਅਟੈਂਪਟ ਕਰ ਰਹੀ ਸੀ ਉਹ ਬਾਅਦ ਦੇ ਵਿੱਚ ਉਹਨਾਂ ਜਿਹੜੇ ਅਟੈਂਪਟ ਸੀ ਉਹਦੇ ਕੱਟ ਹੁੰਦੇ ਗਏ ਜੀ ਜਿਹੜੀ ਉਹ ਪਹਿਲਾ ਜਿੰਨਾ ਵਾਰ ਪ੍ਰਯਾਸ ਕਰਕੇ ਬਾਹਰ ਆਂਦੀ ਸੀ ਉਸ ਤੋਂ ਬਾਅਦ ਜਿਹੜੀ ਅਗਲੀ ਵਾਰ ਉਹਨੂੰ ਬਿੱਲੀ ਨੂੰ ਅੰਦਰ ਭੇਜਿਆ ਜਾਂਦਾ ਉਹ ਪਿੰਜਰੇ ਤੋਂ ਉਸ ਤੋਂ ਪਹਿਲਾਂ ਆ ਜਾਂਦੀ ਜੀ ਜਿਵੇਂ ਪਹਿਲਾਂ ਉਹ 10 ਬਾਰ ਜੇਕਰ ਇੱਧਰ ਉੱਧਰ ਘੁੰਮਦੀ ਉਸ ਤੋਂ ਬਾਅਦ ਲੀਵਰ ਤੇ ਪੇਰ ਤਰਿਆ ਜਾਂਦਾ ਸੀ ਉਸ ਤੋਂ ਬਾਅਦ ਉਸਦੇ 8 7 5 ਤਾਂ ਹੋ ਸਕਦਾ ਜੀ 2 3 ਬਾਰ ਤੋਂ ਹੀ ਬਾਦੋਂ ਆਣ ਲੱਗ ਗਈ ਤਾਂ ਗਲਤ ਅਨੁਕ੍ਰਿਆ ਦਾ ਮਤਲਬ ਇਹ ਹੈ ਕਿ ਜੀ ਕਈ ਇਹ ਪ੍ਰਕਾਰ ਦੀਆਂ ਅਨੁਕ੍ਰਿਆਵਾਂ ਜਿੰਨਾਂ ਨੂੰ ਉਹ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਕਰਦਾ ਜੇ ਉਹਨਾਂ ਨੂੰ ਉਹ ਠੀਕ ਕਰ ਲੈਂਦਾ ਗਲਤ ਅਨੁਕ੍ਰਿਆਵਾਂ ਨੂੰ ਪਤਾ ਕਰਕੇ ਉਹਨਾਂ ਨੂੰ ਦੂਰ ਕਰ ਲੈਂਦਾ ਜੀ ਅਤੇ ਠੀਕ ਅਨੁਕ੍ਰਿਆ ਜਿਹੜੀਆਂ ਅਨੁਕ੍ਰਿਆਵਾਂ ਹੁੰਦੀ ਹੈ ਉਹਨਾਂ ਦਾ ਚੁਣਾਵ ਕਰਕੇ ਇੱਥੋਂ ਉਹਨੂੰ ਫੀਡਬੈਕ ਮਿਲਣੀ ਸ਼ੁਰੂ ਹੋ ਜਾਂਦੀ ਜੀ ਕਿ ਮੇਰੀ ਗਲਤੀਆਂ ਕਿੱਥੇ ਹੋ ਰਹੀ ਨਹੀਂ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਟੀਚੇ ਤੱਕ ਪਹੁੰਚ ਸਕਦੀ ਹਾਂ ਜੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਅਚੰਚੇ ਸਫਲਤਾ ਇਹ ਵੀ ਬਹੁਤ ਇੰਪੋਰਟੈਂਟ ਹੈ ਜੀ ਕਈ ਵਾਰ ਦੇਖਣ ਦੇ ਵਿੱਚ ਇਹ ਆਇਆ ਕਿ ਜਦੋਂ ਬਿੱਲੀ ਨੂੰ ਪਿੰਜਰੇ ਵਿੱਚ ਪਾਇਆ ਜਾਂਦਾ ਹੈ ਉਹ ਪਹਿਲੀ ਵਾਰ ਦੇ ਵਿੱਚ ਹੀ ਲਿਵਰ ਦੇ ਉੱਤੇ ਉਹਦਾ ਕੁਦਰਤੀ ਬਾਈ ਚੰਨ ਸੀ ਪੇਰ ਤਰਿਆ ਜਾਂਦਾ ਜੀ ਤਾਂ ਉਹ ਬਾਹਰ ਆ ਜਾਂਦੀ ਹੈ ਤਾਂ ਇਹ ਬਾਈ ਚੰਨ ਸਫਲਤਾ ਦੇ ਵੀ ਪੱਕ ਵਿੱਚ ਸੀ ਕਿ ਗਲਤ ਅਨੁਕ੍ਰਿਆਵਾ ਦੇ ਵੀ ਛਿੱਟੇ ਵੱਜੋਂ ਅਚਾਨਕ ਸਫਲਤਾ ਮਿਲ ਜਾਂਦੀ ਹੈ ਜਦੋਂ ਤੁਸੀਂ ਕੋਈ ਅਨੁਕ੍ਰਿਆ ਕਰਦੇ ਹੋ ਜੀ ਸਹੀ ਅਨੁਕ੍ਰਿਆ ਦੀ ਸਥਾਪਨਾ ਮੇਨ ਮੇਨ ਮੋਟਿਵੇ ਜੀ ਸਹੀ ਅਨੁਕ੍ਰਿਆ ਦੀ ਸਥਾਪਨਾ ਹੋਣੀ ਚਾਹੀਦੀ ਹੈ ਬਾਹਰ ਚੱਲ ਸਫਲਤਾ ਦੇ ਨਾਲੋਂ ਸਹੀ ਅਨੁਕ੍ਰਿਆ ਦੀ ਸਥਾਪਨਾ ਹੋਣੀ ਚਾਹੀਦੀ ਹੈ ਤੁਸੀਂ ਤੁੱਕੇ ਨਾਲ ਨਹੀਂ ਤੁਸੀਂ ਸਹੀ ਤਰੀਕੇ ਦੇ ਨਾਲ ਆਪਣੀ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ ਜੀ ਸਹੀ ਕਿਰਿਆਵਾਂ ਦਾ ਅਭਿਆਸ ਕਰਨ ਉਪਰੰਤ ਉਹਨਾਂ ਅਨੁਕ੍ਰਿਆਵਾਂ ਦੀ ਸਥਾਪਿਤ ਕਰਨ ਦੇ ਨਾਲ ਹੀ ਤੁਸੀਂ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦੇ ਹੋ ਸਹੀ ਉਦੇਸ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਰਾਈਟ ਜਿਹੜੇ ਰਿਸਪਾਂਸਿਸ ਹੈ ਉਹਨਾਂ ਨੂੰ ਤੁਸੀਂ ਫਿਕਸੇਸ਼ਨ ਕਰਨੀਆਂ ਜੀ ਉਹਨਾਂ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਣਾ ਟੀਚੇ ਦੀ ਪ੍ਰਾਪਤੀ ਤੇ ਅੰਤਿਮ ਤੁਹਾਡਾ ਗੋਲ ਕੀ ਹੋਣਾ ਚਾਹੀਦਾ ਹੈ ਤੁਹਾਡਾ ਇਹ ਗੋਲ ਹੋਣਾ ਚਾਹੀਦਾ ਕਿ ਤੁਸੀਂ ਜੋ ਆਪਣਾ ਡਿਸਾਈਡ ਕੀਤਾ ਹੋਇਆ ਟੀਚਾ ਹੈ ਉਸ ਤੱਕ ਤੁਸੀਂ ਯਤਨ ਦੇ ਤਰੁੱਟੀ ਸਿੱਕੀ ਵਿਧੀ ਜਿਹੜੀ ਹੈ ਉਸ ਦੇ ਰਾਹੀਂ ਆਖਰੀ ਪੜਾਅ ਤੱਕ ਪਹੁੰਚੋ ਜਦੋਂ ਤੱਕ ਤੁਹਾਡੇ ਉਦੇਸ਼ਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਉਦੋਂ ਤੱਕ ਤੁਸੀਂ ਅਨੁਕ੍ਰਿਆ ਕਰਦੇ ਰਹਿਣਾ ਚਾਹੀਦਾ ਹੈ ਜੀ ਕਿਉਂਕਿ ਜੇਕਰ ਤੁਸੀਂ ਨਾ ਖੁਸ਼ ਹੋ ਕੇ ਜਾਂ ਹਾਰ ਕੇ ਹਾਰ-ਮਾਰ ਕੇ ਬੇਜੋਗ ਪਿੰਜਰੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਣਾ ਜੀ ਇਸੇ ਤਰੀਕੇ ਦੇ ਨਾਲ ਜਿਹੜੀ ਯਤਨ ਅਤੇ ਪੂਲ ਦਾ ਸਿਧਾਂਤ ਹੈ ਇਹ ਬੱਚਿਆਂ ਤੇ ਲਾਗੂ ਹੁੰਦਾ ਹੈ ਜੀ ਇਹ ਜਿਹੜੀ ਲਰਨਿੰਗ ਥਿਊਰੀ ਹੈ ਅੱਜ ਵੀ ਲਾਗੂ ਕੀਤੀ ਜਾਂਦੀ ਹੈ ਕੁਝ ਇੱਕ ਗੱਲਾਂ ਨੂੰ ਛੱਡ ਕੇ ਜਿਵੇਂ ਵਾਰ-ਵਾਰ ਜਿਹੜਾ ਰਟਨ ਜਿਹੜੀ ਕਿਰਿਆ ਹੈ ਉਸ ਨੂੰ ਛੱਡ ਕੇ ਬਾਕੀ ਹਰ ਤਰੀਕੇ ਦੇ ਵਿੱਚ ਇਹ ਇੰਪਲੀਮੈਂਟੇਸ਼ਨ ਕੀਤਾ ਜਾਂਦਾ ਹੈ ਜੀ ਕਿਉਂਕਿ ਯਤਨ ਜੇ ਤੁਸੀਂ ਕਿਸੇ ਚੀਜ਼ ਦੇ ਲਈ ਪ੍ਰਯਾਸ ਕਰੋਗੇ ਤਾਂ ਹੀ ਤੁਹਾਨੂੰ ਸਫਲਤਾ ਮਿਲੇਗੀ ਜੀ ਅੱਗੇ ਆਪਾਂ ਪੜ੍ਹਾਂਗੇ ਕਿ ਕਈ ਜਿਹੜੀ ਵਿਗਿਆਨਿਕ ਸਫਲਤਾਵਾਂ ਮਿਲੀਆਂ ਨੇ ਜਿਹੜੀ ਵਿਗਿਆਨਿਕ ਖੋਜਾਂ ਹੋ ਯਾਨੀ ਉਹ ਯਤਨ ਅਤੇ ਪੁੱਲਦੇ ਕਾਰਨੀਆਂ ਹੋ ਯਾਨੀ ਕਿਉਂਕਿ ਫਰਸਟ ਐਕਸਪੈਰੀਮੈਂਟ ਦੇ ਵਿੱਚ ਕੋਈ ਵੀ ਸਫਲ ਨਹੀਂ ਹੋ ਸਕਦਾ ਜੀ ਜਿਵੇਂ ਆਪਣਾ ਮਾਰਸ ਤੇ ਜਾਣ ਦਾ ਸੁਪਨਾ ਸੀ ਜਾ ਚੰਨ ਦੇ ਉੱਤੇ ਜਿਵੇਂ ਸੈਕਿੰਡ ਟਾਈਮ ਆਪਾਂ ਗਏ ਜੀ ਉਹ ਆਪਾਂ ਸਫਲ ਹੋਗੇ ਪਰ ਇਹ ਕੀ ਹੈ ਜੀ ਤੁਸੀਂ ਜਦੋਂ ਤੱਕ ਯਤਨ ਨਹੀਂ ਕਰੋਗੇ ਯਤਨ ਕਰਨ ਤੋਂ ਬਾਅਦ ਹੀ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਤੇ ਇਹ ਜ਼ਰੂਰੀ ਵੀ ਹੈ ਜੀ ਤਾਂ ਇਸ ਤਰੀਕੇ ਦੇ ਨਾਲ ਈਲ ਥਾਂਡੈਕ ਨੇ ਇਹ ਯਤਨ ਅਤੇ ਪੁੱਲ ਦਾ ਸਿਧਾਂਤ ਦਿੱਤਾ ਕਿ ਜੇ ਗਲਤੀਆਂ ਕਰਕੇ ਸਿੱਖਣਾ ਜ਼ਰੂਰੀ ਹੈ ਜੀ ਤੁਸੀਂ ਸੋਖ ਤੋਂ ਔਖ ਵੱਲ ਤਾਂ ਹੀ ਜਾ ਸਕਦੇ ਹੋ ਜੇਕਰ ਤੁਸੀਂ ਸਿਧਾਂਤਕ ਰੂਪ ਵਿੱਚ ਇਹਨਾਂ ਚੀਜ਼ਾਂ ਦੀ ਅਨੁਪਾਲਨਾ ਕਰਦੇ ਹੋ ਹੁਣ ਅੱਗੇ ਹੈ ਜੀ ਯਤਨ ਅਤੇ ਪੁੱਲ ਸਿੱਖਣ ਦੇ ਸਿਧਾਂਤ ਦੀ ਸਿੱਖਿਆ ਵਿੱਚ ਕੀ ਮਹੱਤਤਾ ਹੈ ਏ ਜੀ ਟੀਚਰ ਤੁਸੀਂ ਕੀ ਕਰਨਾ ਹੈ ਜੀ ਇਹ ਤੁਹਾਨੂੰ ਆਪਣੇ ਜੀਵਨ ਵਿੱਚ ਲੈ ਕੇ ਆਣਾ ਹੈ ਜੀ ਕਿਉਂਕਿ ਆਖਿਰਕਾਰ ਆਪਣਾ ਮੇਨ ਮੋਟਿਵ ਇਹ ਹੈ ਕਿ ਜੀ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਸਿਖਾ ਸਕਦੇ ਹੋ ਜੀ ਸ਼ੌਕ ਤੋਂ ਓਕ ਵੱਲ ਲੈ ਕੇ ਜਾਣਾ ਮੋਸਟ ਇੰਪੋਰਟੈਂਟ ਹੈ ਜੀ ਹਮੇਸ਼ਾ ਤੁਸੀਂ ਕੋਈ ਕੋਈ ਵੀ ਚੀਜ਼ ਸਟਾਰਟ ਕਰਨੀ ਹੈ ਹਮੇਸ਼ਾ ਸ਼ੌਕੀ ਚੀਜ਼ ਤੋਂ ਸਟਾਰਟ ਕਰਨਾ ਹੈ ਤੇ ਬੱਚੇ ਨੂੰ ਓਕੇ ਤੱਕ ਲੈ ਕੇ ਜਾਣਾ ਹੈ ਜੀ ਤੁਸੀਂ ਸਿੱਧਾ ਹੀ ਆ ਪਲੱਸ ਮਾਈਨਸ ਦੇ ਤੁਸੀਂ ਜਾ ਕੇ ਸਭ ਨਹੀਂ ਦੇ ਸਕਦੇ ਜੀ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਗਿਣਤੀ ਸਿਖਾਓਗੇ ਗਿਣਤੀ ਤੋਂ ਬਾਅਦ ਉਸ ਨੂੰ ਦੋ ਅੱਖਰਾਂ ਦੀ ਜੋੜ ਗੁਣਾ ਉਸ ਤੋਂ ਬਾਅਦ ਸਟੈਪ ਵਾਈਜ਼ ਸਟੈਪ ਤੁਸੀਂ ਅੱਗੇ ਲੈ ਕੇ ਜਾਓਗੇ ਜੀ ਪਹਿਲਾਂ ਮੁਹਾਰਨੀ ਸਿਖਾਓਗੇ ਪਹਿਲਾਂ ਤੁਸੀਂ ਅੱਖਰ ਸਿਖਾਓਗੇ ਅੱਖਰ ਤੋਂ ਬਾਅਦ ਮੁਹਾਰਨੀ ਵਗੈਰਾ ਪੰਜਾਬੀ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਸੋਖ ਤੋਂ ਔਖ ਵੱਲ ਲੈ ਕੇ ਜਾਣਾ ਹੈ ਜੀ ਇਹ ਨਿਯਮ ਕਹਿੰਦਾ ਹੈ ਇਸ ਸਿਧਾਂਤ ਅਨੁਸਾਰ ਵਿਦਿਆਰਥੀ ਨੂੰ ਸੋਕੇ ਤੋਂ ਔਖੇ ਵੱਲ ਲੈ ਕੇ ਜਾਣਾ ਹੈ ਯਤਨ ਤੇ ਪੂਲ ਦੁਆਰਾ ਸਿੱਖ ਕੇ ਓਕੇ ਕਮ ਨੂੰ ਹੀ ਆਪਸੋ ਕੇ ਕੰਮ ਤੋਂ ਕਰਨ ਦੀ ਪ੍ਰੇਰਣਾ ਮਿਲਦੀ ਹੈ ਜੀ ਇਸ ਕਰਕੇ ਅਧਿਆਪਕ ਨੂੰ ਚਾਹੀਦਾ ਉਹ ਬੱਚਿਆਂ ਨੂੰ ਸਰਦਾਰਨ ਤੋਂ ਗੁੰਜਲਦਾਰ ਅਤੇ ਪਰਤਕ ਤੋਂ ਅਪਰਤਕ ਵੱਲ ਸਿੱਖਣ ਲਈ ਉਤਸ਼ਾਹਿਤ ਕਰੇ ਜੀ ਮੋਸਟ ਇੰਪੋਰਟੈਂਟ ਹੈ ਜੀ ਤਿੰਨੇ ਚਾਰੇ ਸ਼ਬਦ ਕੀ ਹੈ ਜੀ ਸਰਦਾਰਨ ਤੋਂ ਗੁੰਜਲਦਾਰ ਸੋਖ ਤੋਂ ਔਕਵਲ ਸਰਦਾਰਨ ਤੋਂ ਗੁੰਜਲਦਾਰ ਮੈਂ ਦੱਸ ਦਿੰਦਾ ਜੀ ਸਰਦਾਰਨ ਤੋਂ ਗੁੰਜਲਦਾਰ ਤੇ ਇੱਕ ਹੈ ਜੀ ਪਰਤਕ ਪਰਤਕ ਜਿਹੜਾ ਆਪਣੇ ਸਾਹਮਣੇ ਹੈ ਜੀ ਇਹਨੂੰ ਇਸ ਨੂੰ ਕੰਕ੍ਰੀਟ ਕਿਹਾ ਜਾਂਦਾ ਜਿਹੜਾ ਤੁਹਾਡੇ ਸਾਹਮਣੇ ਹੈ ਪਹਿਲਾਂ ਉਸ ਤੋਂ ਸਿਖਾਣਾ ਜੀ ਬੱਚੇ ਨੂੰ ਪਹਿਲਾਂ ਤੁਸੀਂ ਦੱਸਣਾ ਜੀ ਆਹ ਚਾਟ ਹੈ ਚਾਟ ਦੇ ਉੱਤੇ ਆਹ ਸੇਬ ਹੈ ਜੀ ਆਹ ਇਸ ਤਰੀਕੇ ਦੀ ਚੀਜ਼ ਹੈ ਇਹ ਤੁਸੀਂ ਪਹਿਲਾਂ ਉਸ ਨੂੰ ਪਰਤਕ ਚੀਜ਼ਾਂ ਦਿਖਾਉਣੀਆਂ ਨੇ ਉਸ ਤੋਂ ਬਾਅਦ ਪਰਤਕ ਚੀਜ਼ਾਂ ਬਾਰੇ ਦੱਸਣਾ ਹੈ ਜੀ ਇਸ ਦੇ ਵਿੱਚ ਤਿੰਨ ਨਿਯਮ ਇਹ ਨਿਯਮ ਜੇ ਤੁਸੀਂ ਅੱਗੇ ਪੜ੍ਹੋਗੇ ਵੀ ਤਾਂ ਲਰਨਿੰਗ ਦੇ ਵਿੱਚ ਜਿਹੜਾ ਯਤਨ ਅਤੇ ਪੂਲ ਦਾ ਸਿਧਾਂਤ ਹੈ ਉਹ ਕਹਿੰਦਾ ਜੀ ਤੁਸੀਂ ਸੋਕੇ ਤੋਂ ਓਕੇ ਵੱਲ ਸਧਾਰਨ ਤੋਂ ਗੁੰਜਲਦਾਰ ਤੇ ਪਰਤਕ ਤੋਂ ਅਪਰਤਕ ਵੱਲ ਲੈ ਕੇ ਜਾਣਾ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਹੈ ਜੀ ਪ੍ਰਯੋਗਾਤਮਕ ਕੰਮਾਂ ਨੂੰ ਤੇ ਜੇ ਪਰਫਰੈਂਸ ਦੇਣੀ ਹੈ ਜੀ ਤੁਸੀਂ ਐਕਸਪੈਰੀਮੈਂਟਲ ਵਰਕ ਨੂੰ ਐਕਸਪੈਰੀਮੈਂਟਲ ਵਰਕ ਦਾ ਇੱਥੇ ਕੀ ਹੈ ਜੀ ਇਸ ਸਿਧਾਂਤ RAI ਥਾਨਡੈਗ ਨੇ ਪ੍ਰਯੋਗਿਕ ਕਿਉਂਕਿ ਜਿਹੜੇ ਵਿਵਾਰਵਾਦੀ ਹੈ ਜੀ ਉਹ ਪ੍ਰਯੋਗ ਕਰਕੇ ਪ੍ਰਯੋਗਾਂ ਦੇ ਉੱਤੇ ਹੀ ਜ਼ੋਰ ਦਿੰਦੇ ਸਨ ਉਹ ਚਾਹੁੰਦੇ ਸਨ ਕਿ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਜੀ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪ੍ਰਯੋਗ ਦੇ ਰਾਇ ਸਿਖਾਉਣ ਦੀ ਕੋਸ਼ਿਸ਼ ਕਰੇ ਉਸ ਨੂੰ ਚੀਜ਼ਾਂ ਰਟਾਉਣ ਦੀ ਥਾਂ ਪ੍ਰਯੋਗ ਦੇ ਦੁਆਰਾ ਜਿਨ੍ਹਾਂ ਦਾ ਰਿਜ਼ਲਟ ਆ ਸਕਦਾ ਹੈ ਉਹ ਕਰਨ ਜੀ ਇਹ ਸਾਰੇ ਕੰਮ ਜੋ ਵੀ ਇੱਥੇ ਲਿਖੇ ਹੋਏ ਆ ਇਹ ਸਾਰੀ ਚੀਜ਼ਾਂ ਐਜ਼ ਏ ਟੀਚਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਚਾਹੀ ਉਹ ਫਸਟ ਕਲਾਸ ਦੀ ਹੋਵੇ ਜੀ ਸੈਕਿੰਡ ਥਰਡ ਕਿਸੇ ਵੀ ਕਲਾਸ ਦਾ ਹੋਵੇ ਇਹ ਤੁਸੀਂ ਆਪਣੇ ਜੀਵਨ ਦੇ ਵਿੱਚ ਐਜ਼ ਏ ਟੀਚਰ ਇਹਨਾਂ ਨੂੰ ਪਰਫਾਰਮ ਜ਼ਰੂਰ ਕਰਨਾ ਹੈ ਜੀ ਇਸ ਸਿਧਾਂਤ ਦਾ ਅਧਿਆਪਕ ਕੀ ਕਰ ਸਕਦਾ ਹੈ ਦੀ ਬੱਚਿਆਂ ਨੂੰ ਪ੍ਰਯੋਗਿਕ ਕਿਰਿਆਵਾਂ ਕਰਵਾ ਕੇ ਉਹਨਾਂ ਨੂੰ ਛੇਤੀ ਸਿਖਾ ਸਕਦਾ ਹੈ ਜੀ ਕਿਉਂਕਿ ਪ੍ਰਯੋਗ ਦੁਆਰਾ ਜਿਹੜੀ ਚੀਜ਼ ਸਿੱਖੀ ਜਾਂਦੀ ਹੈ ਜਿਸ ਦਾ ਰਿਜ਼ਲਟ ਖੁਦ ਉਹ ਕਰਕੇ ਸਿੱਖਦਾ ਹੈ ਜਿਹੜੇ ਜੋਂ ਡੂਵੀ ਹੋਏ ਨੇ ਜੀ ਜੋਂ ਡੂਵੀ ਇੱਕ ਬਹੁਤ ਹੀ ਵੱਡੇ ਮਨੋਵਿਗਿਆਨਿਕ ਹੋਏ ਹਨ ਉਹ ਕਹਿੰਦੇ ਹਨ ਲਰਨਿੰਗ ਬਾਈ ਡੂਇੰਗ ਜਿਹੜਾ ਸਿਖਾਣਾ ਹੈ ਉਹ ਡੂਇੰਗ ਦੇ ਦੁਆਰਾ ਸਿਖਾਣਾ ਚਾਹੀਦਾ ਹੈ ਜੀ ਕਰਕੇ ਕਰਕੇ ਸਿੱਖਣ ਦੇ ਉੱਤੇ ਜ਼ੋਰ ਦਿੰਦੇ ਹੈ ਇਸ ਤੋਂ ਬਾਅਦ ਕੁਸ਼ਲਤਾਵਾਂ ਜਿਹੜੀ ਹੈ ਸਿੱਖਣਾ ਲਰਨਿੰਗ ਸਕਿਲਸ ਆਪਣੀ ਚਾਰ ਲਰਨਿੰਗ ਲਰਨਿੰਗ ਸਕਿਲਸ ਨੇ ਜੀ ਤੁਹਾਨੂੰ ਪਤਾ ਹੋਣਾ ਹੈ ਐਲ ਐਸ ਆਰ ਡਬਲਯੂ ਇਹ ਹੈ ਜੀ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਇਹ ਚਾਰ ਲਰਨਿੰਗ ਸਕਿਲਸ ਹੈ ਜੀ ਇਹਨਾਂ ਨੂੰ ਇਸ ਦੇ ਦੁਆਰਾ ਤੁਸੀਂ ਆਪਣੀ ਜਿਹੜੀ ਕੁਸ਼ਲ ਬਣਾ ਸਕਦੇ ਹੋ ਜੀ ਉਹ ਸਾਰੀਆਂ ਕੁਸ਼ਲਤਾਵਾਂ ਜਿਵੇਂ ਬੈਠਣਾ ਖੜਾ ਹੋਣਾ ਆਦੀ ਯਤਨ ਅਤੇ ਪੂਲ ਦੇ ਦੁਆਰਾ ਤੇ ਇਹ ਜਿਹੜੀ ਪਾਸਾਈ ਜਿਹੜੀ ਸਕਿਲਸ ਹੈ ਉਹਨਾਂ ਦਾ ਤੁਸੀਂ ਇੱਥੇ ਅ ਵਿਕਾਸ ਕਰ ਸਕਦੇ ਹੋ ਜੀ ਆਦਤਾਂ ਦਾ ਨਿਰਮਾਣ ਬਿਲਕੁਲ ਸਹੀ ਗੱਲ ਹੈ ਜੀ ਆਦਤਾਂ ਦਾ ਨਿਰਮਾਣ ਹੁੰਦਾ ਹੈ ਜਿਹੜੀ ਤੁਸੀਂ ਆਦਤਾਂ ਆਪਣੇ ਜੀਵਨ ਦੇ ਵਿੱਚ ਇੱਕ ਵਾਰ ਜਿਹੜੇ ਕੰਮ ਨੂੰ ਤੁਸੀਂ ਕਰਦੇ ਹੋ ਨਹੀਂ ਬਣਦੀਆਂ ਕਿਉਂਕਿ ਇਸ ਦੇ ਵਿੱਚ ਇਹ ਕੀਤਾ ਗਿਆ ਕਿ ਤੁਸੀਂ ਆਦਤਾਂ ਨੂੰ ਕੰਮ ਨੂੰ ਵਾਰ-ਵਾਰ ਦੁਹਰਾਉਂਦੇ ਹੋ ਜੀ ਜਿਸ ਨਾਲ ਬੱਚੇ ਦੀ ਆਦਤਾਂ ਬਣ ਜਾਂਦੀਆਂ ਨੇ ਤੇ ਉਹ ਜਿਹੜੀ ਚੰਗੀ ਆਦਤਾਂ ਨੇ ਉਸ ਦੇ ਵਿੱਚ ਉਪਰਪੱਖ ਹੋ ਜਾਂਦਾ ਜੀ ਇਸ ਲਈ ਅਧਿਆਪਕ ਨੂੰ ਬੱਚਿਆਂ ਵਿੱਚ ਚੰਗੀਆਂ ਆਦਤਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਇਸ ਵੀ ਦੀ ਵਰਤੋਂ ਕਰਨੀ ਚਾਹੀਦੀ ਹੈ ਚੰਗੀਆਂ ਆਦਤਾਂ ਦੇ ਨਾਲ ਉਸ ਦਾ ਸਿਰਫ ਕੀ ਵਿਕਾਸ ਹੁੰਦਾ ਹੈ ਜੀ ਅੱਗੇ ਚੱਲਦੇ ਹਾਂ ਜੀ ਵਿਗਿਆਨਿਕ ਖੋਜਾਂ ਬਿਲਕੁਲ ਸਹੀ ਗੱਲ ਹੈ ਜੀ ਜਿੰਨੀ ਵੀ ਵਿਗਿਆਨਿਕ ਖੋਜਾਂ ਹੋਈਆਂ ਨੇ ਉਹ ਯਤਨ ਅਤੇ ਪੁਲਵਿਦੀ ਦੁਆਰਾ ਹੋਈਆਂ ਨੇ ਕਿ ਸਰੂ ਦੇ ਵਿੱਚ ਕੋਈ ਵੀ ਵਿਗਿਆਨਿਕ ਆਪਣੇ ਜਿਹੜੇ ਪ੍ਰਯੋਗ ਕੀਤੇ ਉਹਦਾ ਨੇ ਵੀ ਸਫਲ ਨਹੀਂ ਹੋਇਆ ਇਤੋਂ ਤੱਕ ਕਿ ਜਿਹੜਾ ਅੱਜ ਆਪਾਂ ਵੱਲਬ ਵੇਖਦੇ ਹਾਂ ਉਹ ਵੀ ਕਹਿੰਦੇ ਆ ਜੀ 100 ਵਾਰ ਪ੍ਰਯੋਗ ਕਰਨ ਤੋਂ ਬਾਅਦ ਲਾਸਟ ਦੇ ਵਿੱਚ ਕਿਤੇ ਜਾ ਕੇ ਸਫਲ ਹੋਇਆ ਜੀ ਰੋਕੇਟ ਸਾਇੰਸ ਹੈ ਕੁਝ ਵੀ ਹੈ ਜੀ ਜੋ ਵੀ ਵਿਗਿਆਨਿਕ ਪ੍ਰਯੋਗ ਨੇ ਉਹ ਪਹਿਲੀ ਵਾਰ ਦੇ ਵਿੱਚ ਸਫਲ ਨਹੀਂ ਹੁੰਦੇ ਤਾਂ ਯਤਨ ਅਤੇ ਪੁਲਦਾ ਸਿਧਾਂਤ ਕਹਿੰਦਾ ਜੀ ਖੋਜ ਵਿਧੀ ਜਿਹੜੀ ਵਿਗਿਆਨਿਕ ਤਰੀਕੇ ਉਹਦੇ ਵਿੱਚ ਇਸ ਦਾ ਬਹੁਤ ਪ੍ਰਯੋਗ ਕੀਤਾ ਜਾਂਦਾ ਜੀ ਪਛੜੇ ਬੱਚਿਆਂ ਦੇ ਲਈ ਲਾਭਦਾਇਕ ਇਥੇ ਪਛੜੇ ਜਾਤੀ ਦੀ ਗੱਲ ਨਹੀਂ ਜੀ ਪਛੜੇ ਬੱਚੇ ਉਹ ਜਿਹੜੇ ਮੈਂਟਲੀ ਡਿਸੇਬਲ ਹੋ ਮਰ ਹੋਣ ਐਸਰ ਹੋਣ ਕਿਸੇ ਵੀ ਪ੍ਰਕਾਰ ਦੀ ਕੈਟਾਗਰੀ ਹੋਵੇ ਜੀ ਇਸ ਦੇ ਵਿੱਚ ਉਹਨਾਂ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਪੜਾ ਸਕਦੇ ਹੋ ਜਦੋਂ ਬੱਚਿਆਂ ਨੂੰ ਕਿਸੇ ਇਹ ਜੀ ਵਿਸ਼ਾ ਵਸਤੂ ਸਥਿਤੀ ਜਾਂ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਜਿਸ ਨੂੰ ਉਹ ਬਿਲਕੁਲ ਨਹੀਂ ਸਮਝ ਸਕਦਾ ਤਾਂ ਉਹ ਇਸ ਵਿਧੀ ਤੋਂ ਸਹਾਇਤਾ ਲੈਣਗੇ ਇਸ ਵਿਧੀ ਤੋਂ ਸਹਾਇਤਾ ਲੈਣ ਦਾ ਮਤਲਬ ਹੈ ਜੇਕਰ ਕੋਈ ਬੱਚਾ ਇੱਕ ਵਾਰ ਕਰਨ ਤੋਂ ਬਾਅਦ ਨਹੀਂ ਸਿੱਖਦਾ ਤਾਂ ਉਸ ਨੂੰ ਵਾਰ-ਵਾਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਤੁਸੀਂ ਕਰਾਉਣ ਦੀ ਕੋਸ਼ਿਸ਼ ਕਰਨੀ ਹੈ ਜੀ ਲਿਖਣ ਸਿੱਖਣ ਵਿੱਚ ਸਹਾਇਕ ਬਿਲਕੁਲ ਜੀ ਲਿਖਣ ਵਿੱਚ ਸਹਾਇਕ ਤੇ ਸਿੱਖਣ ਵਿੱਚ ਸਹਾਇਕ ਹੈ ਜੀ ਕਿਉਂਕਿ ਤੁਸੀਂ ਜਿਹੜੀ ਕਿਰਿਆਵਾਂ ਉਹਨਾਂ ਨੂੰ ਬਾਰ-ਬਾਰ ਦਰਸਾਓਗੇ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਸਿਖਾਓਗੇ ਅਧਿਆਪਕ ਠੀਕ ਕਲਮ ਪਕੜਨ ਦਾ ਪ੍ਰਦਰਸ਼ਨ ਕਰਦਾ ਹੈ ਪਰ ਫਿਰ ਵੀ ਬੱਚਾ ਸ਼ੁਰੂ ਵਿੱਚ ਅੱਖਰਾਂ ਦੀ ਬਰਾਉਟ ਸੰਬੰਧੀ ਕਈ ਗਲਤੀਆਂ ਕਰਦਾ ਜੀ ਇੱਕ ਉਦਾਹਰਣ ਹੈ ਜੀ ਤੁਸੀਂ ਆਪ ਵੇਖਿਆ ਹੋਣਾ ਤੁਸੀਂ ਬੱਚੇ ਨੂੰ ਹੱਥ ਨਾਲ ਫੜ ਕੇ ਊੜਾ ਲਿਖਾਉਣ ਦੀ ਕੋਸ਼ਿਸ਼ ਕਰਦੇ ਹੋ ਈੜੀ ਲਿਖਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਬਾਰ-ਬਾਰ ਗਲਤੀਆਂ ਕਰ ਜਾਂਦੀ ਪਰ ਤੁਸੀਂ ਜਦੋਂ ਉਸ ਨੂੰ ਬਾਰ-ਬਾਰ ਇਹ ਇਸ ਚੀਜ਼ ਦੀ ਪ੍ਰੈਕਟਿਸ ਕਰਾਉਂਦੇ ਹੋ ਉਹਦੀ ਆਦਤ ਬਣ ਜਾਂਦੀ ਹੈ ਜੀ ਤੇ ਆਦਤ ਦਾ ਨਿਰਮਾਣ ਹੋਣ ਤੋਂ ਬਾਅਦ ਜਿਹੜਾ ਕੰਮ ਉਹ ਵਾਰ-ਵਾਰ ਕਰਦਾ ਹੈ ਉਹ ਉਸਦੇ ਜੀਵਨ ਵਿੱਚ ਆ ਜਾਂਦਾ ਹੈ ਜੀ ਤਾਂ ਇਸ ਤਰੀਕੇ ਦੇ ਨਾਲ ਯਤਨ ਅਤੇ ਪੁੱਲ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਤੁਸੀਂ ਅਧਿਆਪਕ ਦੇ ਵਜੋਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਣਾ ਜੀ ਤੇ ਬੱਚਿਆਂ ਦੇ ਉੱਤੇ ਤੁਸੀਂ ਪ੍ਰਯੋਗ ਕਰਨਾ ਆਪਾਂ ਇਹਦੇ ਵਿੱਚ ਅੱਜ ਪੜ੍ਹਿਆ ਜੀ ਸੋਕੇ ਤੋਂ ਓਕੇ ਵੱਲ ਲੈ ਕੇ ਜਾਣਾ ਤੁਸੀਂ ਗੁੰਜਲਦਾਰ ਤੋਂ ਸਸਧਾਨ ਤੋਂ ਗੁੰਜਲਦਾਰ ਵਰ ਲੈ ਕੇ ਜਾਣਾ ਹੈ ਪਰਤਕ ਤੋਂ ਪਰਤਕ ਵੱਲ ਲੈ ਕੇ ਜਾਣਾ ਹੈ ਜੀ ਪ੍ਰਯੋਗਾਤਮਕ ਕਮਾਂ ਨੂੰ ਤਰਜੀਹ ਦੇਣੀ ਹੈ ਕੁਸ਼ਲਤਾਵਾਂ ਦਾ ਜਿਹੜਾ ਹੈ ਵਿਕਾਸ ਕਰਨਾ ਹੈ ਜੀ ਆਦਤਾਂ ਦਾ ਨਿਰਮਾਣ ਕਰਨਾ ਹੈ ਵਿਗਿਆਨਿਕ ਜਿਹੜੀ ਖੋਜਾਂ ਹਨ ਉਹਨਾਂ ਦਾ ਜਿਹੜਾ ਨਿਰਮਾਣ ਹੋਇਆ ਉਹ ਇਸੇ ਤਰੀਕੇ ਦੇ ਨਾਲ ਹੋਇਆ ਹੈ ਇਸ ਤੋਂ ਇਲਾਵਾ ਆਦਤਾਂ ਦਾ ਨਿਰਮਾਣ ਕਰਨਾ ਹੈ ਜੀ ਇਸ ਤੋਂ ਇਲਾਵਾ ਬੱਚੜੇ ਬੱਚਿਆਂ ਦੇ ਲਈ ਲਾਭਦਾਇਕ ਹੈ ਔਰ ਸਿੱਖਣ ਵਿੱਚ ਸਹਾਇਕ ਹੈ ਜੀ ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਾਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਤੁਹਾਨੂੰ ਚੈਨਲ ਉਤੇ ਜੋ ਵੀ ਵੀਡੀਓਜ਼ ਅਪਲੋਡ ਹੋਣ ਉਹਦੀ ਨੋਟੀਫਿਕੇਸ਼ਨ ਮਿਲ ਜਾਏ ਜੀ ਫਸਟ ইয়ার ਤੇ ਸੈਕਿੰਡ ইয়ার ਦੀ ਕਲਾਸਾਂ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਸੈਕਿੰਡ ਪੇਪਰ ਜਿਹੜਾ ਈਟੀਟੀ ਦੇ ਹੋਣਾ ਉਸ ਦੀ ਵੀ ਕਲਾਸਾਂ ਇਕਨੋਮਿਕਸ ਤੇ ਹਿੰਦੀ ਦੀਆਂ ਇਸ ਪਲੇਲਿਸਟ ਦੇ ਵਿੱਚ ਹੈ ਜੀ ਤੁਸੀਂ ਜਾ ਕੇ ਵੇਖ ਸਕਦੇ ਹੋ ਥੈਂਕ ਯੂ ਵੈਰੀ ਮਚ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ ਜੀ ਤੇ ਨਾਲੇ ਇੱਕ ਹੋਰ ਇਨਫੋਰਮੇਸ਼ਨ ਹੈ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰam ਜਿਹੜਾ ਚੈਨਲ ਹੈ ਉਹਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ ਕਿਉਂਕਿ ਉੱਥੇ ਤੁਹਾਨੂੰ ਹਰ ਪ੍ਰਕਾਰ ਦੀ ਪੀਡੀਐਫ ਇਸ ਤੋਂ ਇਲਾਵਾ ਜਿਹੜੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਉਹਦਾ ਲਿੰਕ ਸੈਂਡ ਕਰ ਦਿੱਤਾ ਜਾਵੇਗਾ। ਥੈਂਕ ਯੂ ਵੈਰੀ ਮਚ।